ਸਤਿ ਸ਼੍ਰੀ ਅਕਾਲ ਦੋਸਤੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ? ਸਾਰੇ ਠੀਕ ਹੀ ਹੋਣਗੇ। ਅੱਜ ਪਹਿਲੀ ਵਾਰੀ ਕਿਸੇ ਨੂੰ ਮਿਲਣ ਚੱਲੇ ਆ, ਪਵਨ ਦੀ ਸਹੇਲੀ ਵੀ ਆ ਤੇ ਉਹਨਾਂ ਨੇ ਆਪਾਂ ਨੂੰ ਇਨਵਾਈਟ ਕੀਤਾ ਤੇ ਸੋ ਤਾਂ ਕਰਕੇ ਆਪਾਂ ਜਾ ਰਹੇ ਆ। ਬਠਿੰਡੇ ਮੋੜ ਜਾਣਾ, ਹੋਰ ਕਿੱਥੇ ਕਿੱਥੇ ਜਾਣਾ? ਬਠਿੰਡੇ ਮੋੜ ਰੈਡੀ? ਸ਼ੀਸ਼ਾ ਨਹੀਂ ਖੋਲਣਾ, ਗੇਟ ਖੋਲੋ ਜਵਰਾਜ। ਮੰਮੀ ਆ ਸਵੀਟੀ ਨੂੰ ਕਰ ਲਈ ਅੰਦਰ। ਚਲੋ ਚਲੋ ਛੇਤੀ ਨਿਕਲਾਂਗੇ, ਤਾਂ ਹੀ ਜਾਣਾ, ਇੰਨੀ ਦੂਰ ਜਾਣਾ। ਚਲੋ ਆ ਜਾਓ। ਆ ਸਵੀਟੀ ਆ ਗਈ, ਪਵਨ ਇਹਨੂੰ ਫੜੀ ਜਵਰਾਜ। ਜਾਣ ਲੱਗੇ ਸਾਡੇ ਤਾਂ ਭਰਾਵਾ ਬਾਲਾ ਪੰਗਾ ਰਹਿੰਦਾ, ਉੱਤੇ ਨਹੀਂ ਸੂਤ ਆਉਂਦੇ। ਲਓ ਜੀ ਹੁਣ ਆਪਾਂ ਘਰੋਂ ਲੱਗੇ ਆ ਤੁਰਨ, ਮੰਮੀ ਤੇ ਦਾਦੀ ਹੈਗੇ ਨੇ ਘਰੇ ਤੇ ਜੀ ਆਪਾਂ ਹੁਣ ਘਰੋਂ ਨਿਕਲ ਗਏ ਆ ਤੇ ਨਹਿਰ ਚ ਤਾਂ ਆਪਣੀ ਪਾਣੀ ਹੈ ਨਹੀਂ ਹਨਾ ਹੁਣ। ਮਾੜਾ ਮਾੜਾ ਕੱਲ ਮੈਂ ਦੇਖਿਆ ਸੀ, ਬਸ ਹੁਣ ਮੀਂਹ ਨਾ ਆਵੇ ਤੇ ਕਣਕਾਂ ਜਿਹੜੀਆਂ ਬਚੀਆਂ ਚਲੋ ਹੋਰ ਹਾਂ ਸੁੱਕੀ ਸਾਂਦੀ ਘਰੇ ਆ ਜਾਣਗੀਆਂ। ਇੱਧਰ ਬੱਚੇ ਆ ਜਿਹੜੇ ਨਹਿਰ ਦੇ ਵਿੱਚ ਖੇਡ ਰਹੇ ਆ, ਲੈ ਸੁੱਕੀ ਨਹਿਰ ਦੇ ਵਿੱਚ। ਹੁਣ ਅਸੀਂ ਜਾ ਰਹੇ ਸੀਗੇ ਪਿੰਡ, ਹਜੇ ਪਹੁੰਚੇ ਨੀ ਸੀ, ਸਾਡੇ ਮਾਤਾ ਜੀ ਜਿਹੜੇ ਦਾਈ ਮਾਤਾ ਮਿਲ ਗਏ ਸਾਨੂੰ, ਇੱਧਰ ਬੈਠੇ ਨੇ ਆ ਬੈਠੇ। ਇਹ ਜੈਸ਼ ਨੇ, ਜੈਸ਼ ਨੂੰ ਇਹਨਾਂ ਨੇ ਸਾਂਭਿਆ ਸੀਗਾ ਛੋਟੇ ਹੁੰਦਿਆਂ ਨੂੰ ਤੇ ਮਾਤਾ ਨੇ ਜਾਣਾ ਸੀ ਪਿੰਡ ਤੱਕ, ਫਿਰ ਅਸੀਂ ਇਹਨੂੰ ਕਾਰ ਚ ਪਾ ਲਿਆ ਸੀ, ਆਖਿਆ ਕਿੱਧਰ ਵਿਚਾਰੇ ਤੁਰਦੇ ਜਾਣਗੇ ਨਾ। ਤੇ ਵੈਸੇ ਜ਼ਿਆਦਾਤਰ ਮਾਤਾ ਸਾਨੂੰ ਮਿਲ ਹੀ ਜਾਂਦੇ ਹੁੰਦੇ ਆ, ਕਈ ਵਾਰੀ ਜਾਈਦਾ ਕਿਤੇ। ਦੋਸਤੋ ਆ ਬਠਿੰਡੇ ਅਸੀਂ ਪਹੁੰਚ ਗਏ ਆ ਤੇ ਸਾਹਮਣੇ ਤੁਸੀਂ ਦੇਖੋ ਥਰਮਲ, ਤੇ ਥਰਮਲ ਤੋਂ ਬਿਨਾਂ ਬਠਿੰਡਾ ਨਹੀਂ ਸੋਹਣਾ ਲੱਗਦਾ, ਕਹਿੰਦੇ ਵੀ ਥਰਮਲ ਢਾ ਦੇਣੇ ਆ ਤੇ ਮੈਨੂੰ ਤਾਂ ਲੱਗਦਾ ਬਠਿੰਡੇ ਦੀ ਸ਼ਾਨ ਹੀ ਥਰਮਲ ਆ। ਆ ਤੁਸੀਂ ਦੇਖੋ ਜਮਾਂ ਕਲੋਜ਼ ਪਹੁੰਚ ਚੁੱਕੇ ਆ ਥਰਮਲ ਦੇ, ਯਾਰ ਸਾਹਮਣੇ ਥਰਮਲ ਦੇਖੋ, ਪਿੱਛੇ ਬੈਠ ਕੇ ਵੇਖੋ ਉਹ ਸਾਹਮਣੇ ਕਿੱਡੀਆਂ ਕਿੱਡੀਆਂ ਵੱਡੀਆਂ ਟੈਂਕੀਆਂ। ਅਸੀਂ 1997-96 ਦੇ ਵਿੱਚ ਸਾਡਾ ਸਕੂਲ ਦਾ ਟੂਰ ਇੱਥੇ ਆਇਆ ਸੀ ਪਵਨ, ਸਕੂਲ ਵਾਲੇ ਲੈ ਕੇ ਆਏ ਸੀ 96-97 ਦੇ ਵਿੱਚ ਥਰਮਲਾਂ ਦੇ ਵਿੱਚ, ਤੇ ਅਸੀਂ ਇੱਥੇ ਮੈਨੂੰ ਇੰਨਾ ਵੀ ਯਾਦ ਹੈ ਦਹੀਂ ਟਿਫਨ ਲੈ ਕੇ ਆਏ ਸੀ, ਦਹੀਂ ਵਿੱਚ ਪਾ ਕੇ ਮੰਮੀ ਨੇ ਭੇਜਿਆ, ਇੱਥੇ ਰੋਟੀ ਖਾਧੀ ਥਰਮਲਾਂ ਦੇ ਵਿੱਚ। ਤੇ ਨਾਲੇ ਸ਼ਾਮ ਨੂੰ 8-9 ਵਜੇ ਪਹੁੰਚਿਆ ਮੈਂ ਘਰੇ, ਉਦੋਂ ਕੋਈ ਸਾਧਨ ਹੈ ਨੀ ਸੀ ਪਿੰਡੋਂ, ਮੈਂ ਨਾ ਵੈਨ ਛੱਡ ਗਈ ਪਿੰਡ ਵਾਲਿਆਂ ਨੇ, ਹੁਣ ਤਾਂ ਜਵਾਕਾਂ ਦੇ ਇੰਨੇ ਫਿਕਰ ਕਰਦੇ ਹੈ। 7-8 ਵਜੇ ਤੁਰ ਕੇ ਮੰਮੀ ਉੱਥੇ ਗੇਟ ਤੇ ਖੜੀ ਹੋਈ ਮੇਰੇ ਇੰਤਜ਼ਾਰ ਕਰੇ ਰਾਤ ਨੂੰ, ਤੁਰ ਕੇ ਮੈਂ ਪਿੰਡੋਂ। ਨਹੀਂ ਤੁਸੀਂ ਕਾਸ ਤੇ ਆਏ ਸੀ ਸਕੂਲ ਵਾਲੇ ਵੈਨ ਤੇ? ਅੱਛਾ, ਵੈਨ ਤੋਂ ਉੱਥੇ ਪਿੰਡ ਹੀ ਛੱਡ ਗਈ। ਅੱਛਾ, ਪਿੰਡ ਹੀ ਛੱਡ ਗਈ। ਪਿੰਡੋਂ ਅਸੀਂ ਇੱਥੇ ਮੈਂ ਘਰੇ ਰਾਤ ਨੂੰ 7-8 ਵਜੇ ਤੁਰ ਕੇ ਆਏ ਤੁਹਾਨੂੰ, ਵੈਨ ਦਾ ਟਾਈਮ ਸੀ ਉਦੋਂ ਤੇ, ਅੱਜ ਕੱਲ ਦਾ ਬੱਚਾ 1 ਮਿੰਟ ਨਿਗਾਹ ਤੋਂ ਪਾਸੇ ਹੁੰਦਾ ਤਾਂ। ਆ ਦੇਖੋ ਦੋਸਤੋ ਸੁਪਰ ਵਿਊ ਬਠਿੰਡੇ ਦੀ ਸ਼ਾਨ, ਕਿੱਡਾ ਵੱਡਾ ਜੈਸ਼, ਐ ਲੱਗਦਾ ਵੀ ਕੁਤਬ ਮਿਨਾਰ ਦੁਬਈ ਪਹੁੰਚ ਗਏ ਆਪਾਂ, ਦੁਬਈ ਵਾਲੀ ਫੀਲਿੰਗ, ਬਠਿੰਡੇ ਜਹਾਜ ਆ ਗਿਆ। ਆ ਸੱਚੀ ਦਾ ਜਹਾਜ ਆ ਜੈਸ਼? ਹਾਂਜੀ, ਅੱਜ ਮੈਨੂੰ ਰਜਿੰਦਰ ਲੈ ਕੇ ਆਏ ਆ ਮੇਰੀ ਫਰੈਂਡ ਦੇ ਘਰੇ, ਤੇ ਫਸਟ ਟਾਈਮ ਇਹਨਾਂ ਦੇ ਘਰੇ ਆਈ ਆ ਤੇ ਪੂਰੇ 7 ਸਾਲਾਂ ਬਾਅਦ ਮੈਂ ਮਿਲਣ ਲੱਗੀ ਆ ਉਹਦੀ ਫਰੈਂਡ ਨੂੰ, ਤੇ ਅੱਜ ਤੁਹਾਨੂੰ ਵੀ ਮਿਲਾਉਂਦੇ ਆ ਉਹਨਾਂ ਦੇ ਘਰ ਬਾਰ। ਆਪਾਂ ਆਏ ਆ ਮੌੜ ਮੰਡੀ। ਠੀਕ ਆ, ਤੇ ਅੱਜ ਜੈਸ਼ ਕਿੰਨਾ ਟਾਈਮ ਹੋ ਗਿਆ ਤੈਨੂੰ ਮਿਲਣ ਨੂੰ? 7 ਸਾਲ ਹੋ ਗਏ, ਬਿਫੋਰ ਮੈਰਿਜ ਮਿਲੀ ਸੀ, ਮੈਰਿਜ ਤੋਂ ਪਹਿਲਾਂ ਅਸੀਂ ਸਟੱਡੀ ਕਰਦੇ ਸੀ। ਹਾਂਜੀ ਆ ਜਾਓ, ਬੈਲ ਮਾਰਦੇ ਆ। ਬੈਲ ਕਾਕੂ ਤਾਂ ਪਹਿਲਾਂ ਹੀ ਆ ਗਿਆ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਹੋਰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਕਰੋ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਵੀ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਹੋਰ ਕੀ ਹਾਲ ਹੈ ਵੀਰੇ? ਵਧੀਆ ਠੀਕ ਠਾਕ। ਹਾਂਜੀ ਆ ਜਾਓ, ਚਲ ਆ ਜਾਓ, ਗੁਆਂਢੀ ਦੇਖਣ ਲੱਗ ਗਏ। ਬਹੁਤ ਖੁਸ਼ੀ ਹੋਈ ਕਿ ਅੱਜ ਪਹਿਲੀ ਵਾਰੀ ਹੈ ਨਾ ਭੈਣ ਦੇ ਘਰੇ ਆਏ ਆ, ਤੇ ਕਿੰਨਾ ਟਾਈਮ ਹੋ ਗਿਆ? 7 ਸਾਲ ਹੋ ਗਏ ਆ ਸਾਨੂੰ ਮਿਲਿਆ ਨੂੰ, ਤੇ ਵੈਸੇ ਟਾਈਮ ਕਿਵੇਂ ਲੰਘ ਜਾਂਦਾ ਵੈਸੇ ਪਤਾ ਨਹੀਂ ਲੱਗਿਆਗਾ, ਪਰ ਮੈਨੂੰ ਵੈਸੇ ਯਕੀਨ ਨਹੀਂ ਸੀ ਹੋ ਰਿਹਾ ਵੀ ਤੁਸੀਂ ਆਓਗੇ, ਤੁਹਾਨੂੰ ਲੱਗਿਆ ਨਾ ਕਿਤੇ ਫਸਟ ਅਪਰਲ ਕਰਕੇ ਝੂਠੀ ਬੋਲ ਰਹੇ ਹੋ। ਮੈਂ ਤੁਹਾਨੂੰ ਦੁਬਾਰਾ ਫੋਨ ਵੀ ਕੀਤਾ, ਮੈਨੂੰ ਇਹ ਕਹਿੰਦੇ ਨਹੀਂ ਆਉਂਦੇ ਅੱਜ ਨਹੀਂ ਉਹ ਝੂਠ ਬੋਲ ਰਹੇ ਆ। ਮੰਮੀ ਕਹਿੰਦੀ ਕਹਿੰਦੀ ਅੱਗੇ ਕਹਿੰਦੀ ਅੱਜ ਤੁਹਾਨੂੰ ਅਪਰਲ ਫੂਲ ਬਣਾ ਰਹੇ ਨੇ, ਕਹਿੰਦੀ ਕਹਿੰਦੀ
ਸਹੀ ਗੱਲ ਹੈ ਵੈਸੇ ਦੱਸਿਆ ਸੀ ਆਉਣ ਲੱਗਿਆਂ ਕੋਈ ਝੂਠ ਝੜ ਬੋਲੇ ਕਿ ਫੋਨ ਆਵੇ ਝੂਠ ਸਮਝੇ ਅਸੀਂ ਸਵੇਰ ਬਣਾ ਕੇ ਤੁਰੇ ਆ ਘਰੋਂ ਸੀ ਜਿਹਨੂੰ ਇੱਕ ਜਣੇ ਨੂੰ ਬਣਾਤਾ ਸੀ ਆਲਰੇਡੀ ਸਵੇਰੇ ਕਾਲ ਕਰਕੇ ਉਹ ਆਪਨ ਡਾਊਟ ਜਿਹਾ ਹੋ ਜਾਂਦਾ ਨਾ ਫਿਰ ਵੀ ਸ਼ਾਇਦ ਕਿ ਦੁਬਾਰਾ ਨਾ ਬਣ ਗਈ ਹਾਂ ਜੀ ਚਲਾ ਜਾ ਬੰਦ ਨਹੀਂ ਇਹ ਪਾਣੀ ਪਾ ਜੈਸ ਨੂੰ ਜ਼ਿਆਦਾ ਕਾਲੀ ਚੰਗ ਲੱਗਦੀ ਬੰਦ ਆਹ ਅਸੀਂ ਪਹਿਲਾਂ ਤਾਂ ਕਰਦੇ ਸਨ ਚੰਗ ਲੱਗਦੀ ਹੈ ਕੀ ਬੋਲਾਂ बहुत खुशी हुई इन टाइम बाद वैसे पहली बार होया भी जेडी भी रजिंदर मेरी फ्रेंड को लै आया यार नहीं तो कित नहीं लैके जाते होंगे नहीं लैके जाते होंगे ठीक है जी सत श्री अकाल जी हुण तुसीं आयो जरूर अस्सी आवांगे ठीक है जी सत श्री अकाल जी।